ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ। ਅੱਜ ਅਸੀਂ ਉਹ ਪੰਜਾਬੀ ਫਿਲਮਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਦਾ OTT 'ਤੇ ਬਹੁਤ ਦਿਨਾਂ ਤੋਂ ਵੇਟ ਹੋ ਰਿਹਾ ਹੈ। ਪਲੀਜ਼ ਵੀਡੀਓ ਨੂੰ ਪੂਰਾ ਵੇਖਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਪਹਿਲਾਂ ਗੱਲ ਕਰਾਂਗੇ ਨਾਨਕਾ ਮੇਲ ਮੂਵੀ ਦੀ, ਜੋ ਸੰਨ 2018 ਦੇ ਵਿੱਚ 8 ਨਵੰਬਰ ਨੂੰ ਰਿਲੀਜ਼ ਹੋਈ ਸੀ। ਇਸ ਮੂਵੀ ਦੇ ਵਿੱਚ ਰੋਸ਼ਨ ਪ੍ਰਿੰਸ, ਰੁਬੀਨਾ ਬਾਜਵਾ, ਨਿਰਮਲ ਰਿਸ਼ੀ, ਹਾਰਵੀ ਸੰਘਾ, ਹੌਬੀ ਧਾਲੀਵਾਲ ਅਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਏ ਸੀ। ਇਸ ਮੂਵੀ ਨੂੰ ਪ੍ਰਿੰਸ ਕਮਲਜੀਤ ਸਿੰਘ ਨੇ ਲਿਖਿਆ ਵੀ ਹੈ ਅਤੇ ਡਾਇਰੈਕਟ ਵੀ ਕੀਤਾ ਹੈ। ਇਹ ਮੂਵੀ ਦੀ ਕਹਾਣੀ ਬਹੁਤ ਬਿਹਤਰੀਨ ਹੈ, ਬਹੁਤ ਤਰੀਕੇ ਵਧੀਆ ਨਾਲ ਪੇਸ਼ ਕੀਤੀ ਗਈ ਹੈ ਕਿ ਨਾਨਕਾ ਮੇਲ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਅਹਿਮੀਅਤ ਹੈ। ਨਾਲ ਜੇ ਗੱਲ ਕਰੀਏ ਇਸ ਮੂਵੀ ਦੀ OTT ਦੇ ਬਾਰੇ, ਤਾਂ ਇਹ ਮੂਵੀ ਜਦੋਂ ਰਿਲੀਜ਼ ਹੋਈ ਸੀ ਉਦੋਂ OTT ਦਾ ਜ਼ਮਾਨਾ ਤਾਂ ਨਹੀਂ ਸੀ, ਪਰ ਇਸ ਮੂਵੀ ਦੀ ਵੱਡੀ ਵੱਡੀ ਕੰਪਨੀਆਂ ਦੇ ਨਾਲ ਡੀਲ ਚੱਲ ਰਹੀ ਆ। ਡੀਲ ਸਕਸੈਸ ਇਸ ਕਾਰਨ ਨਹੀਂ ਹੋ ਪਾ ਰਹੀ ਕਿਉਂਕਿ ਉਹ ਕੰਪਨੀਆਂ ਇਸ ਮੂਵੀ ਦੀ ਰਕਮ ਬਹੁਤ ਘੱਟ ਦੇ ਰਹੀਆਂ ਨੇ ਡਿਜੀਟਲ ਪ੍ਰੀਮੀਅਰ ਦੇ ਵਾਸਤੇ। ਇਹ ਮੂਵੀ ਦੀ ਜਲਦੀ ਡੀਲ ਫਾਈਨਲ ਹੋਵੇਗੀ ਅਤੇ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ। ਇਹ ਮੂਵੀ ਸਾਨੂੰ ਐਮਾਜ਼ੋਨ ਪ੍ਰਾਈਮ ਜਾਂ ਚੌਪਾਲ 'ਤੇ ਦੇਖਣ ਨੂੰ ਮਿਲ ਸਕਦੀ ਹੈ ਇਸੇ ਸਾਲ ਦੇ ਵਿੱਚ ਹੀ। ਦੂਜੀ ਮੂਵੀ ਦੀ ਗੱਲ ਕਰੀਏ ਤਾਂ ਮੂਵੀ ਦਾ ਨੇਮ ਹੈ ਕੋਕਾ, ਜੋ ਪਿਛਲੇ ਸਾਲ 20 ਮਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ। ਇਸ ਮੂਵੀ ਦੇ ਵਿੱਚ ਗੁਰਨਾਮ ਭੁੱਲਰ, ਨੀਰੂ ਬਾਜਵਾ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਬਲਜਿੰਦਰ ਕੌਰ ਅਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਏ ਸੀ। ਇਸ ਮੂਵੀ ਨੂੰ ਜਾਣੇ ਮਾਨੇ ਰਾਈਟਰ ਰੁਪਿੰਦਰ ਇੰਦਰਜੀਤ ਨੇ ਲਿਖਿਆ ਵੀ ਹੈ ਅਤੇ ਡਾਇਰੈਕਟ ਵੀ ਕੀਤਾ ਸੀ। ਇਹ ਮੂਵੀ ਦੀ ਕਹਾਣੀ ਬਹੁਤ ਵਧੀਆ ਹੈ। ਇਹਦੇ ਵਿੱਚ ਉਮਰ ਗੈਪ ਦਿਖਾਇਆ ਗਿਆ ਹੈ ਕਿ ਲੜਕੇ ਦੀ ਉਮਰ ਘੱਟ ਅਤੇ ਲੜਕੀ ਦੀ ਉਮਰ ਜ਼ਿਆਦਾ ਹੈ, ਉਹਨਾਂ ਦੀ ਜ਼ਿੰਦਗੀ ਵਿੱਚ ਕੀ ਹੁੰਦਾ ਹੈ ਸਭ ਕੁਝ ਦਿਖਾਇਆ ਗਿਆ ਹੈ। ਜੇ ਗੱਲ ਕਰੀਏ ਇਹਦੀ OTT ਬਾਰੇ, ਤਾਂ ਇਹ ਮੂਵੀ ਅਜੇ OTT 'ਤੇ ਨਹੀਂ ਆਈ। ਅਤੇ ਇਹਦੀ ਮੂਵੀ ਦੀ ਇੱਕ ਪਹਿਲਾਂ ਅਪਡੇਟ ਸੀ ਕਿ ਇਹ ਮੂਵੀ ਅਜੇ ਵੀ ਬਾਹਰਲੇ ਦੇਸ਼ਾਂ ਵਿੱਚ ਰਨਿੰਗ ਕਰ ਰਹੀ ਹੈ ਸਿਨੇਮਾਘਰਾਂ ਵਿੱਚ, ਅਤੇ ਉਹਦੀ ਇੱਕ ਹੁਣ ਫਿਰ ਅਪਡੇਟ ਆਈ ਹੈ ਕਿ ਇਹ ਮੂਵੀ ਕਿਸੇ ਹੋਰ ਭਾਸ਼ਾ ਦੇ ਵਿੱਚ ਰਿਮੇਕ ਕੀਤੀ ਜਾਏਗੀ। ਅਤੇ ਇਸ ਕਰਕੇ ਇਸ ਮੂਵੀ ਦੀ ਅਜੇ OTT ਰਿਲੀਜ਼ ਰੋਕ ਦਿੱਤੀ ਗਈ ਆ। ਜੇ ਸਭ ਕੁਝ ਠੀਕ ਰਿਹਾ ਤਾਂ ਇਹ ਮੂਵੀ ਸਾਨੂੰ ਦਸੰਬਰ ਦੇ ਐਂਡ ਤੱਕ OTT 'ਤੇ ਦੇਖਣ ਨੂੰ ਮਿਲ ਸਕਦੀ ਹੈ, ਜਾਂ ਐਮਾਜ਼ੋਨ ਪ੍ਰਾਈਮ ਅਤੇ ਜਾਂ ਚੌਪਾਲ 'ਤੇ ਦੇਖਣ ਮਿਲ ਸਕਦੀ ਹੈ। ਚੌਥੀ ਮੂਵੀ ਦੀ ਗੱਲ ਕਰੀਏ ਤਾਂ ਇਹ ਮੂਵੀ ਦਾ ਨੇਮ ਹੈ ਪੋਸਤੀ, ਜੋ ਪਿਛਲੇ ਸਾਲ 3 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਇਸ ਮੂਵੀ ਦੇ ਵਿੱਚ ਬੱਬਲ ਰਾਏ, ਪ੍ਰਿੰਸ ਕਮਲਜੀਤ ਸਿੰਘ, ਸ਼ਾਰਲਿਨ ਗੌਤਮ, ਵੱਡਾ ਅਗਰੇਵਾਲ, ਰਾਣਾ ਰਣਵੀਰ, ਰਾਣਾ ਜੰਗ ਬਹਾਦਰ, ਮਲਕੀਤ ਰੋਣੀ, ਤਰਸੇਮ ਪੋਲ ਅਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਏ ਸੀ। ਇਸ ਮੂਵੀ ਨੂੰ ਰਾਣਾ ਰਣਵੀਰ ਨੇ ਲਿਖਿਆ ਵੀ ਹੈ ਅਤੇ ਉਹਨਾਂ ਨੇ ਇਸ ਮੂਵੀ ਨੂੰ ਡਾਇਰੈਕਟ ਕੀਤਾ ਸੀ। ਇਸ ਮੂਵੀ ਨੂੰ ਗਿੱਪੀ ਗਰੇਵਾਲ ਨੇ ਪ੍ਰੋਡਿਊਸ ਕੀਤਾ ਸੀ ਅਤੇ ਇਹ ਮੂਵੀ ਦੀ ਕਹਾਣੀ ਬਹੁਤ ਬਿਹਤਰੀਨ ਤਰੀਕੇ ਨਾਲ ਦਿਖਾਈ ਗਈ ਆ। ਇਹਦੇ ਵਿੱਚ ਅਮਲੀ ਦਿਖਾਏ ਗਏ ਨੇ ਕਿ ਉਹਨਾਂ ਦੀ ਕਿੱਦਾਂ ਜ਼ਿੰਦਗੀ ਹੈ, ਕਿੱਦਾਂ ਉਹ ਨਸ਼ੇ 'ਤੇ ਲੱਗਦੇ ਨੇ, ਨਸ਼ੇ ਦੀ ਨੂੰ ਨਹੀਂ ਮਿਲਦਾ ਤਾਂ ਕੀ ਕਰਦੇ ਨੇ। ਨਾਲ ਇਹਦੇ ਵਿੱਚ ਖਾਸ ਕਹਾਣੀ ਇਹ ਵੀ ਗੱਲ ਹੈ ਕਿ ਉਹਨਾਂ ਨੇ ਨਵੇਂ ਬੱਚਿਆਂ ਨੂੰ ਨਸ਼ਾ ਕਰਨ ਤੋਂ ਰੋਕਿਆ ਵੀ ਹੈ। ਜੇ ਗੱਲ ਕੀਤੀ ਜਾਏ ਇਹਦੀ OTT ਦੇ ਬਾਰੇ, ਤਾਂ ਇਹਦੇ ਕਿਸੇ UK ਦੀ ਕੰਪਨੀ ਦੇ ਕੋਲ ਰਾਈਟਸ ਨੇ TV ਚੈਨਲ ਦੇ, ਤਾਂ ਉਹ ਤੱਕ ਉਹਨਾਂ ਨੇ ਅਜੇ ਨਹੀਂ ਦਿਖਾਈ। ਅਤੇ ਦੇਖੋ ਕਦੋਂ ਦਿਖਾਉਂਦੇ ਨੇ, ਉਦੋਂ ਸਾਨੂੰ ਦੇਖਣ ਨੂੰ ਮਿਲੇਗੀ ਪੋਸਤੀ ਮੂਵੀ। ਅਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅੱਗੇ ਜੋ ਵੀ ਨਵੀਂ ਅਪਡੇਟ ਹੋਏਗੀ ਅਸੀਂ ਤੁਹਾਨੂੰ ਇੱਦਾਂ ਹੀ ਅਪਡੇਟ ਕਰਦੇ ਰਹਾਂਗੇ। ਧੰਨਵਾਦ।